ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਅੱਜ ਆਪਾਂ ਆਏ ਹੋਏ ਆ ਮਹੀਰਨਾ ਪਿੰਡ ਆ ਜੀ ਛਪਾਰ ਦੇ ਲਾਗੇ ਆ ਜੀ ਇਹ ਡੇਲੋ ਰੋਡ ਤੋਂ ਮਲੇਰਕੋਟਲੇ ਰੋਡ ਤੋਂ ਇੱਕ ਸਾਈਡ ਨੂੰ ਪੈਂਦਾ ਛਪਾਰ ਦੇ ਲਾਗੇ ਜਿੱਥੇ ਮੇਲਾ ਲੱਗਦਾ ਬਹੁਤ ਵੱਡਾ ਤੇ ਕਬੂਤਰ ਰੱਖੇ ਹੋਏ ਨੇ ਜੀ ਕੰਮੀ ਵੀਰ ਦੇ ਪਿਛਲੇ ਸਾਲ ਵੀਰ ਹੁਣਾਂ ਨੇ ਪਹਿਲੀ ਬਾਜੀ ਜਿੱਤੀ ਸੀ ਤੇ ਸਾਰੇ ਦੇ ਸਾਰੇ ਕਬੂਤਰ ਕੋਈ ਕੱਢ ਕੇ ਲੈ ਗਿਆ ਸੀ ਇਹਨਾਂ ਹੀ ਖੁੱਡੀਆਂ ਦੇ ਵਿੱਚੋਂ ਜੀ ਦੋ ਖੁੱਡੇ ਵੀਰ ਦੇ ਇਹ ਨੇ ਇੱਕ ਖੁੱਡਾ ਨੀਚੇ ਆ ਜੀ ਤੇ ਸਾਰੇ ਕਬੂਤਰ ਲੈ ਗਿਆ ਸੀ ਬਾਈ ਹੁਣੀ ਵਿਹਲੇ ਹੋ ਕੇ ਬਹਿ ਗਏ ਸੀ ਐਂਟਰੀਆਂ ਦਿੱਤੀਆਂ ਵੀ ਇਵੇਂ ਹੀ ਰਹਿ ਗਈਆਂ ਸੀ ਤੇ ਇਸ ਵਾਰ ਫਿਰ ਬਾਈ ਹੁਣਾਂ ਨੇ ਕੱਲ ਹੀ ਅਜੇ ਇੱਕ ਦੁਸਰ ਜਿੱਤੀ ਆ ਜੀ ਤੇ ਬਹੁਤ ਸੋਹਣੇ ਵੀਰ ਦੇ ਕੋਲ ਕਬੂਤਰ ਨੇ ਤੇ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਵਾਉਂਦੇ ਆ ਜੀ ਤੇ ਵੀਰ ਦਾ ਨਾਂ ਹੈ ਕੰਮੀ ਬਾਈ ਜੀ ਆਓ ਇੱਧਰ ਜੀ ਇਹਨਾਂ ਵੀਰ ਹੁਣਾਂ ਦੇ ਕਬੂਤਰ ਇੱਥੇ ਰੱਖੇ ਹੋਏ ਨੇ ਜੀ ਤੇ ਕਬੂਤਰ ਬਾਈ ਦੇ ਬਹੁਤ ਬਹੁਤ ਵਧੀਆ ਨੇ ਪੁਰਾਣੀਆਂ ਨਸਲਾਂ ਨੇ ਕੁਝ ਜਿਹੜੇ ਸੱਜਣਾਂ ਨੂੰ ਦਿੱਤੇ ਹੋਏ ਸੀ ਇੱਧਰ ਉੱਧਰ ਫਿਰ ਉਹਨਾਂ ਕੋਲੋਂ ਦੁਬਾਰਾ ਵਾਪਸ ਲਿਆਂਦੇ ਨੇ ਉਹਨਾਂ ਤੋਂ ਦੁਬਾਰਾ ਬਰੀਡਿੰਗ ਕਬੂਤਰਾਂ ਤੋਂ ਕਰਾ ਕੇ ਤੇ ਨਵੇਂ ਬੱਚੇ ਬਣਾਏ ਨੇ ਬੱਚੇ ਕਿਹੜੇ ਨੇ ਵਧੀਆ ਨੇ ਜੋ ਕੱਲ ਦੁਸਰ ਜਿੱਤਿਆ ਕਬੂਤਰ ਇੱਥੇ ਹੀ ਹੈ ਜੀ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਜੀ ਜਿਹੜਾ ਦੁਸਰ ਜਿੱਤਿਆ ਕੱਲ ਤੇ ਬਾਈ ਹੁਣਾਂ ਦਾ ਅੱਜ ਵੀ ਇੱਕ ਕਬੂਤਰ ਜਿਹੜਾ ਹੈਗਾ ਦੁਸਰ ਚ ਉੱਡ ਰਿਹਾ ਕਿਹੜਾ ਪਿੰਡ ਉੱਡ ਰਿਹਾ ਚਣਕੋਈਆਂ ਚਣਕੋਈਆਂ ਅੱਜ ਕਹਿਰ ਦੀ ਬਾਜੀ ਹੈ ਜੀ ਮਤਲਬ ਦੁਸਰ ਵੀ ਉੱਡ ਸਕਦੀ ਹੈ ਕਿੰਨੇ ਕਬੂਤਰ ਸ਼ਾਮ ਨੂੰ ਰਹਿੰਦੇ ਨੇ ਕੋਸ਼ਿਸ਼ ਕਰਦੇ ਹਾਂ ਜੀ ਆਪਾਂ ਚਣਕੋਈਆਂ ਗਏ ਤੇ ਅੱਜ ਤੁਹਾਨੂੰ ਉਹ ਵੀ ਲਾਈਵ ਵੀਡੀਓ ਦਿਖਾ ਦੇਵਾਂਗੇ ਜੀ ਤੇ ਆਪਾਂ ਤੁਹਾਨੂੰ ਪਹਿਲਾਂ ਵੀਰ ਦੇ ਕਬੂਤਰਾਂ ਦਾ ਸ਼ੌਂਕ ਕਰਾਉਂਦੇ ਹਾਂ ਇੱਥੇ ਆਪਾਂ ਜੀ ਹੂਟਰ ਸਿਸਟਮ ਵੀਰ ਦੇ ਲਗਾ ਦਿੱਤਾ ਤਾਂ ਜੋ ਚੋਰੀ ਨਾ ਹੋ ਸਕੇ ਤੇ ਕਬੂਤਰ ਵੀਰ ਦੇ ਵਧੀਆ ਨੇ ਕਿਹੋ ਜਿਹੇ ਨੇ ਉਹ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀਰ ਜੀ ਦਿਖਾਣਾ ਕਬੂਤਰ ਇਹ ਸਾਰੇ ਵੀਰ ਆਪਣੇ ਜਿਹੜੇ ਹੈਗੇ ਨੇ ਇਹ ਵੀਰ ਦੇ ਫਰੈਂਡ ਨੇ ਤੇ ਇਹ ਵੀਰ ਦਹਲੀਜ਼ ਤੋਂ ਜੀ ਤੇ ਬਾਈ ਹੁਣਾਂ ਨੇ ਮਤਲਬ ਇੱਥੇ ਸ਼ੌਂਕ ਦੇਖਣ ਆਏ ਨੇ ਤੇ ਮੈਂ ਕਿਹਾ ਵੀਰਾਂ ਦੇ ਨਾਲ ਮਿਲਾ ਦਈਏ ਇੱਕ ਇਹ ਵੀਰ ਪਿੱਛੇ ਬੈਠੇ ਹੋਏ ਨੇ ਤੇ ਇਹ ਸਾਡੇ ਬਾਪੂ ਜੀ ਜੀ ਇਹਨਾਂ ਦੇ ਵੀ ਬਾਪੂ ਹੁਣਾਂ ਦੇ ਕਬੂਤਰ ਰੱਖੇ ਹੋਏ ਨੇ ਜੀ ਤੇ ਬਹੁਤ ਵਧੀਆ ਸ਼ੌਂਕ ਆ ਜੀ ਗਰੁੱਪ ਬਹੁਤ ਵਧੀਆ ਕੰਮੀ ਵੀਰ ਦਾ ਤੇ ਇਹ ਵੀਰ ਦੇ ਕਬੂਤਰ ਨੇ ਜੀ ਸ਼ੌਂਕ ਕਰਾਉਂਦੇ ਹਾਂ ਜੀ ਸਫਾਈ ਪੂਰੀ ਆ ਜੀ ਖੁੱਡਿਆਂ ਦੀ ਤੇ ਕਬੂਤਰ ਕੱਲਾ ਕੱਲਾ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਸੀਂ ਸ਼ੌਂਕ ਕਰ ਲਓ ਜੀ ਸਾਰੇ ਦੇ ਸਾਰੇ ਤੁਹਾਨੂੰ ਕਬੂਤਰ ਦਿਖਾ ਦਈਏ ਇਹ ਸਾਰੇ ਦੇ ਸਾਰੇ ਕਬੂਤਰ ਜੀ ਬਾਜ਼ੀਆਂ ਉੱਡਣ ਵਾਲੇ ਨੇ ਨਵੇਂ ਪਰਾਂ ਤੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਰੰਗ ਲੱਗੇ ਹੋਏ ਨੇ ਕੁਝ ਕਬੂਤਰਾਂ ਨੂੰ ਤੇ ਕੁਝ ਦੇ ਲਾਉਣ ਵਾਲੇ ਨੇ ਜੀ ਇਹ ਦੇਖੋ ਜੀ ਇਹ ਨੇ ਵੀਰ ਦੇ ਕਬੂਤਰ ਇਹ ਨਰ ਨੇ ਜੀ ਮਦੀਨਾ ਨੇ ਇਹ ਮਦੀਨਾ ਨੇ ਜੀ ਜਿੰਨੀਆਂ ਵੀ ਬੈਠੀਆਂ ਹੋਈਆਂ ਨੇ ਜੀ ਇਹ ਦੇਖੋ ਜੀ ਵਿੱਚ ਵਿੱਚ ਆ ਕੁਛ ਥੋੜੇ ਦੂਸਰਾ ਖੁੱਡਾ ਇਹ ਹੈ ਜੀ ਇਹ ਦੇਖੋ ਜੀ ਇਹਦੇ ਵੀ ਕਬੂਤਰ ਕਬੂਤਰ ਵੀਰ ਦੇ ਨਰ ਨੇ ਜੀ ਜਿਹੜੇ ਤੁਸੀਂ ਹੁਣ ਦੇਖ ਰਹੇ ਹੋ ਪਹਿਲਾਂ ਕਬੂਤਰੀਆਂ ਤੁਹਾਨੂੰ ਦਿਖਾਈਆਂ ਨੇ ਜੀ ਇਹ ਹੈ ਵੀਰ ਦੇ ਨਰ ਇਹ ਵੀਰੇ ਸਾਰੇ ਬਾਜ਼ੀਆਂ ਛੱਡਣ ਵਾਲੇ ਕਿ ਵੱਡੇ ਵੀ ਆ ਵਿੱਚ ਇਹਦੇ ਇੱਕ ਨਰ ਵੱਡਾ ਜੀ ਹੈ ਜੋ ਪਹਿਲੇ ਨੰਬਰ ਤੇ ਬੈਠਾ ਹੋਇਆ ਹਰੀ ਪੂਛ ਰੰਗੀ ਹੋਈ ਹੈ ਜੀ ਇਹਦੀ ਕੁਝ ਕਬੂਤਰ ਇਹ ਉੱਪਰ ਬੈਠੇ ਨੇ ਜੀ ਵਿੱਚ ਮੌਜੇ ਕਬੂਤਰ ਵੀ ਨੇ ਵੀਰ ਕੋਲ ਇਸ ਵਾਰ ਇਹਨਾਂ ਦਾ ਕੀ ਰਿਜ਼ਲਟ ਆਉਂਦਾ ਬਾਜ਼ੀਆਂ ਤੇ ਪਤਾ ਲੱਗ ਜਾਊਗਾ ਜੀ ਆਪਣਾ ਕੰਮ ਆ ਜੀ ਵੀਰੋ ਤੁਹਾਨੂੰ ਸ਼ੌਂਕ ਕਰਵਾਉਣਾ ਜਿਸ ਥਾਂ ਤੇ ਵੀ ਜਾਵਾਂਗੇ ਦੱਸਾਂਗੇ ਜੀ ਕਿਸ ਏਰੀਆ ਦੇ ਵਿੱਚ ਕਿਹੋ ਜਿਹੀਆਂ ਨਸਲਾਂ ਬੈਠੀਆਂ ਨੇ ਵੀਰ ਜੀ ਇਹ ਕਿਹੜੀ ਨਸਲ ਦੇ ਵਿੱਚੋਂ ਕਬੂਤਰ ਆ ਕੁਝ ਹੈ ਮਤਲਬ ਆਪਣੇ ਪੁਰਾਣੇ ਬਣਾਏ ਹੋਏ ਇਹ ਬਾਈ ਹੁਣਾਂ ਦੇ ਕਬੂਤਰ ਜੋ ਬਾਜ਼ੀਆਂ ਚੋੜਦੇ ਨੇ ਵਧੀਆ ਬਾਜ਼ੀਆਂ ਜਿੱਤਦੇ ਵੀ ਨਹੀਂ ਜੀ ਬਾਈ ਹੁਣੀ ਤੇ ਹੁਣ ਕੁਝ ਇਸ ਵਾਰ ਕੀਪੇ ਬਾਈ ਤੋਂ ਆਇਆ ਜੀ ਕੀਪੇ ਮਲੋਟ ਹਾਂਜੀ ਹਾਂਜੀ ਉਸਤਾਦ ਜੀ ਤੋਂ ਬਾਈ ਹੁਣਾਂ ਦੇ ਉਸਤਾਦ ਨੇ ਜੀ ਕੀਪਾ ਮਲੋਟ ਵਾਲੇ ਜੀ ਇਹਨਾਂ ਚੋਂ ਕਬੂਤਰ ਜਿਹੜੇ ਪੱਠੇ ਪੱਠੀਆਂ ਅਰਕਾ ਉਡਾਏ ਨੇ ਕਿੰਨੀ ਕੁ ਉਡਾਰ ਆਈ ਹੈ ਜੀ ਇਹਨਾਂ ਦੀ ਨਹੀਂ ਡਾਰ ਬਹੁਤ ਆਈ ਬੱਚੇ ਲੈ ਇਹਨਾਂ ਦੇ ਨਵੇਂ ਨਸਲ ਕੱਢੇ ਨੇਗੇ ਜੀ ਮਦੀਨਾ ਛੇੜੀਆਂ ਨੇ ਉਧਰੋਂ ਮਦੀਨਾ ਛੇੜੀਆਂ ਆਈਆਂ ਇਹ ਜਿਹੜੀਆਂ ਮਦੀਨਾ ਇਹ ਦਿਖਾਓ ਜੀ ਜਿਹੜੀਆਂ ਆਪਣੀਆਂ ਉਡਾਈਆਂ ਹੋਈਆਂ ਜੀ ਆਹੋ ਜੀ ਇਹਦਾ ਭਾਈ ਕੱਲ ਬਾਈ ਜਿੱਤਿਆ ਦੁਸਰ ਇਸ ਦਾ ਭਾਈ ਕੱਲ ਦੁਸਰ ਜਿੱਤਿਆ ਜੀ ਕਾਲੀਆਂ ਅੱਖਾਂ ਦੀ ਕਬੂਤਰੀ ਆ ਜੀ ਇਹ ਦੋ ਕੜਾਰੇ ਕੱਢਿਆ ਜੀ ਹੁਣ ਹਾਂਜੀ ਵਧੀਆ ਉਡਣ ਲੱਗੀ 5-6 ਘੰਟੇ ਚਲੋ 5-6 ਘੰਟੇ ਲਾ ਗਈ ਜੀ ਹਾਂਜੀ ਨਵੀਂ ਕੱਢੀ ਆ ਜੀ ਇਹ ਵੀ ਛੱਡੋਗੇ ਬਾਜੀ ਹਾਂਜੀ ਹਾਂਜੀ ਇਹਦੇ ਪੱਲਾ ਦਿਖਾਓ ਜੀ ਪਰਤਾ ਦਿਖਾਓ ਵੀਰਾਂ ਨੂੰ ਦਿਖਾਈਏ ਰੰਗ ਲਾਲ ਪੱਲਾ ਲਾਲ ਹੈ ਦੂਸਰਾ ਦੂਜਾ ਜੀ ਦੂਜਾ ਹਰਾ ਕੀਤਾ ਹੋਇਆ ਜੀ ਕੰਤਾਂ ਹੀ ਰੰਗੀਆਂ ਹੋਈਆਂ ਹੈ ਜੀ ਹਾਂਜੀ
बहुत वधिया पैर दिखाना जी ये पंजे देखो रुखे पैर हो चुके ने जी बहुत वधिया जी ये देखो जी के लाल सरी खटिया की मदीन है जी बहुत सोहनी कबूतरी जी ये भी डारा चा जी हाँ जी हाँ ये भी नमी हुणे तोरी है जी ये भी हुणे तोरी है जी हाँ जी ठीक है जी हाँ जी ते एदी जेड़ा हैगा आ ओ शेड़ी रंगी हुई है हाँ जी टौरी कहिंदे जी इहनूं टौरी हाँ जी लाल टौरी है टौरी कीती हुई है जी ते ए ने जी इहदे पर कबूतरी दे पतले परां दी कबूतरी है जी बहुत वधिया जी बच्चा दिखा जेड़ा तीजी टाइम पंज ये अपने उस्ताद जी दे घरों जी ये बच्चा एक बाई होना ने फड़िया कीपे मलोड दे घरों आया जी तीजी डाई नू 5 बजे बैठा जी तीसरी डाई च हां जी एक घरों चला गया तीजी डाई जी अपने नाल दे पिंड चला गया सी जी ते मतलब हले 11 ते कड्डे ही सी ठीक है जी ते ये 5:30 बजे बैठे थे 5:30 बजे हां जी 5:35 ते टांगी चढ़या जी टांगी चढ़या जी वधिया जी बहुत सोहना बच्चा जी देखो जी चंगीआं नस्लां जिहड़े चंगा टाइम करदीआं करदीआं ने जी बहुत सोहना जी ये देखो जी पल्ला कबूतर दा बहुत वधिया चौड़े पर ने जी इसदे ठीक है जी पंजे भी तुहानू दिखाने आ जी ये देखो जी रुखे पंजे हो चुके ने जी बहुत वधिया जी कबूतर बाई दे कोल बहुत बहुत सोहने ने फड़ो जी फड़ो तुसी दिखाओ ये बाई ने करत्ती कबूतरी फड़ी है जी ये देखो जी ਇਹਦਾ ਕੀ ਰਿਜ਼ਲਟ ਹੈ ਇਹਦਾ ਰਿਜ਼ਲਟ ਬਹੁਤ ਵਧੀਆ ਜੀ ਅੱਛਾ ਜੀ ਇਹਨਾਂ ਦਾ ਆਪਾਂ 0 ਕਲੀ ਦਾ ਪੱਟਾ ਛੱਡਿਆ ਜੀ ਮੁੱਤੇ ਨੂੰ ਠੀਕ ਹੈ ਜੀ ਤੇ ਰਾਤ ਨੂੰ ਉੱਪਰ ਹੀ ਰਹਿ ਗਿਆ ਸੀ ਉਹ ਜੀ ਰਾਤ ਉੱਪਰ ਹੀ ਉੱਡਦਾ ਰਹਿ ਗਿਆ ਹਾਂਜੀ ਹਾਂਜੀ ਟੈਂਪਰੇਚਰ ਕਿੰਨਾ ਸੀ ਉਦੋਂ ਚਲੋ ਵਿਸਾਖੀ ਦੇ ਵਿੱਚ ਸੀਗਾ ਤੇ ਦੂਸਰੇ ਦਿਨ ਵੀ ਉੱਠ ਕੇ ਉਹਨੇ ਯਾਨੀ ਕਿ 2 ਦਾ ਟਾਈਮ ਕੀਤਾ ਜੀ ਆਪਣੇ ਆਪ ਠੀਕ ਹੈ ਜੀ ਬਹੁਤ ਸੋਹਣਾ ਹੈ ਜੀ ਪੱਲਾ ਦਿਖਾਓ ਜੀ ਇਸਦਾ ਪਰ ਦੇਖੋ ਜੀ ਇਹਦੇ ਕਿੰਨੇ ਚੌੜੇ ਨੇ ਕਬੂਤਰੀ ਦੇ ਬਹੁਤ ਵਧੀਆ ਜੀ ਇਹ ਦੇਖੋ ਜੀ ਰੁੱਖੇ ਪੰਜੇ ਹੋ ਚੁੱਕੇ ਨੇ ਸਾਰੇ ਕਬੂਤਰਾਂ ਦੇ ਉਡਾਨ ਦੇ ਵਿੱਚ ਆ ਚੁੱਕੇ ਨੇ ਕਬੂਤਰ ਦੀ ਬਹੁਤ ਵਧੀਆ ਵੀਰੇ ਬਾਈ ਉਹ ਨੀਲੀ ਭੂਰੀ ਦਿਖਾਓ ਜੀ ਇਹ ਦੇਖੋ ਜੀ ਇੱਕ ਨੀਲੀ ਭੂਰੀ ਬਾਈ ਨੇ ਫੜੀ ਆ ਬਹੁਤ ਵਧੀਆ ਲੱਗੀ ਮੈਨੂੰ ਕੱਚੀਆਂ ਪੀਲੀਆਂ ਅੱਖਾਂ ਦੀ ਕਬੂਤਰੀ ਚੁੰਝ ਫੜਨਾ ਜੀ ਇਹਦੀ ਇਹ ਕਰੋ ਸ਼ੌਂਕ ਮੇਰੇ ਵੀਰ ਦੇਖੋ ਕਬੂਤਰੀ ਦੀਆਂ ਅੱਖਾਂ ਜੀ ਬਿਲਕੁਲ ਕੱਚੀਆਂ ਪੀਲੀਆਂ ਨੇ ਬਹੁਤ ਵਧੀਆ ਜੀ ਪੱਲਾ ਵੀ ਦਿਖਾ ਦਿਓ ਇਹਦਾ ਜੀ ਦੇਖੋ ਜੀ ਪਰ ਵੀ ਕਬੂਤਰੀ ਦੇ ਪੂਰੇ ਵਧੀਆ ਨੇ ਜੀ ਇਹ ਉਡਾਈ ਆ ਬਾਈ ਜੀ ਨਹੀਂ ਹਲੇ ਨਹੀਂ ਛੱਡੀ ਹਲੇ ਨਹੀਂ ਛੱਡੀ ਇਹਦੀ ਭੈਣ ਛੱਡੀ ਸੀਗੀ ਉੱਥੇ ਗੋਪਾਲਪੁਰ ਉਹ ਹਿਲ ਕੇ ਨਾਲ ਦੇ ਪਿੰਡ ਚਲੀ ਸੀ ਰੰਗੀਆਂ ਉਹ ਰਾਤ ਨੂੰ ਡਿੱਗਿਆ ਜੀ 7 ਵਜੇ ਠੀਕ ਆ ਮਤਲਬ ਵਧੀਆ ਉਡਾਣ ਹੈ ਠੀਕ ਆ ਵੀਰ ਜੀ ਇਹ ਲਓ ਜੀ ਦੇਖੋ ਪੰਜੇ ਵੀ ਜੀ ਕਬੂਤਰੀ ਦੇ ਠੀਕ ਆ ਵੀਰ ਜੀ ਤੇ ਆ ਵੀ ਬਾਈ ਦੇ ਘਰੋਂ ਆ ਜੀ ਮਲੋਟ ਇਹ ਵੀ ਕਬੂਤਰੀ ਜਿਹੜੀ ਆ ਬਾਈ ਕੀਪੇ ਮਲੋੜ ਦੇ ਘਰੋਂ ਆਈ ਹੋਈ ਆ ਜੀ ਇਹਦਾ ਵੀ ਮੇਰੇ ਵੀਰ ਕਰੋ ਸ਼ੌਂਕ ਖਟੀਆਂ ਅੱਖਾਂ ਨੇ ਜੀ ਇਸ ਕਬੂਤਰੀ ਦੀਆਂ ਚੀਨੀ ਕਬੂਤਰੀ ਆ ਇਹਦੀ ਡਾਰ ਬਹੁਤ ਵਧੀਆ ਜੀ ਬੱਚਾ ਹੁੰਦੀ ਹੈ ਜੀ ਤੀਜੀ ਡਾਰ ਨੂੰ 7-8 ਘੰਟੇ ਲਾ ਕੇ ਬੈਠੀ ਸੀ ਠੀਕ ਆ ਚਲੋ ਹੁਣ ਤਾਂ ਅੜਾਈ ਨਹੀਂ ਕਿਉਂਕਿ ਦਿਨ ਨਹੀਂ ਹੈਗੇ ਜੀ ਹਾਂਜੀ ਬਹੁਤ ਵਧੀਆ ਜੀ ਇਹ ਪੱਲਾ ਦੇਖ ਲਓ ਜੀ ਚੀਨੀ ਕਬੂਤਰੀ ਆ ਪਰ ਬਹੁਤ ਵਧੀਆ ਨੇ ਜੀ ਇਸ ਕਬੂਤਰੀ ਦੇ ਬਹੁਤ ਵਧੀਆ ਜੀ ਤੇ ਇਹ ਨੇ ਜੀ ਪੰਜੇ ਬਹੁਤ ਵਧੀਆ ਵੀਰ ਜੀ ਇਹ ਦੇਖੋ ਜੀ ਬਾਈ ਨੇ ਰੰਗ ਵੀ ਬਹੁਤ ਸੋਹਣੇ ਲਾਏ ਹੋਏ ਨੇ ਕਬੂਤਰਾਂ ਦੇ ਤੇ ਕੱਦ ਕਾਠ ਵੀ ਸੋਹਣੇ ਨੇ ਬੋਤਲ ਵਰਗੀਆਂ ਪਤਲੀਆਂ ਕਬੂਤਰੀਆਂ ਨੇ ਜੀ ਇਹ ਦੇਖੋ ਜੀ ਉਹ ਆ ਜਿਹੜਾ ਆਪਣੇ ਦੂਸਰ ਮੁੰਡਿਆਂ ਜਿੱਤਿਆ ਸੀ ਕਬੂਤਰ ਜੀ ਬਗਲਾਂ ਝੋਲੀ ਵਾਲਾ ਜੀ ਅੱਛਾ ਇਹ ਉਹ ਹੈ ਹਾਂਜੀ ਉਹਦੀ ਭੈਣ ਆ ਜੀ ਇਹ ਉਹ ਤਾਂ ਮਿਲਿਆ ਹੈ ਨਹੀਂ ਸੀਗਾ ਖੈਰ ਠੀਕ ਆ ਜੀ ਹਾਂਜੀ ਉਹਦੀ ਸਗੀ ਭੈਣ ਆ ਜੀ ਮੁੰਡਿਆਂ ਤੋਂ ਜੇਤੂ ਕਬੂਤਰ ਦੀ ਇਹ ਭੈਣ ਆ ਜੀ ਠੀਕ ਆ ਜੀ ਬਹੁਤ ਵਧੀਆ ਜੀ ਇਹ ਫਿਰ ਆਪਾਂ ਡਾਉਣੀ ਨਹੀਂ ਹੈਗੀ ਨਸਲ ਹੀ ਰੋਕਣੀ ਆ ਹਾਂਜੀ ਹਾਂਜੀ ਬਹੁਤ ਸੋਹਣੀ ਜੀ ਇਹ ਦੇਖੋ ਜੀ ਇਸ ਦਾ ਪੱਲਾ ਕਬੂਤਰੀ ਦਾ ਇਹ ਰੋਕ ਲਈ ਬਾਈ ਹੁਣਾਂ ਨੇ ਨਸਲ ਵਾਸਤੇ ਜੀ ਬਹੁਤ ਵਧੀਆ ਜੀ
पंजे देखो जी किन्ने रुखे हो चुके ने जी, बहुत वधिया वीर जी। ये वीर दे जी तुसी एक खुडे का शौक किया जिहदे विच कबूतरियां ते कुछ बचे ने जी जो बाजी लई इस टाइम तैयार किए जा रहे ने, खुराक खा रहे ने। कुछ कबूतर वीर होना दे नीचे ने जी, उन्हां दा भी तुहानू शौक करवाउने आ जी। पिंजरे बहुत वधिया वीर ने बनाए हुए ने सांभण वास्ते भी, जिवें तुसी देख सकदे हो ये खुडे ने वीर दे। ये एक खुडा वीर ने पौड़ियां दे थले बनाया होया जी बिल्कुल नाल, इहदे विच भी बाई हुणा ने दो तीन जोड़े छड्डे होए ने जी। ये ने जी कुछ कबूतर इहदे विच मखियाले बच्चे, मखियाले बच्चे कढे आ जी। हां जी दिखाओ तुम्हें बेचो वाले। एक मिनट जी तुहानू शौक कराने आ जी। हुण हुण उपर चले आ। ए देखो जी एक बाई ने मखियाली मादी फड़ी है जी, ये भी कच्चियां पीलियां अखां दी है जी। देखो वीर जी किन्नी अच्छी आखा कबूतरी जी। ये केड़ी जगह तो आई है जी? ये अपने पिंड ही सीगी, अपने कोई नहीं मां सीगी लालचीने कबूतरा जो अपने कोण ब्लड है नहीं मुक गया जी। ये लालचीनिया जो बनी है जी? हां जी लालचीनिया जो बनी है। ठीक अपने पिंड ही मुंडे को दित्ती सीगी ओ कबूतरी, ते ओ हुण इत्थे मुंडे ते चोरी हो गई ओदे को चली गई सीगी। ठीक है ये पट्ठी है जी ओदी, ये हुण आपां नसनूं लै के आंदी अगे। बहुत सोहणी कबूतरी आ जी, रंग भी बहुत सोहणा आ ते उडान भी वधिया ही होणी चाहीदी इहनां कबूतरां दी जी, बहुत वधिया जी। उडान बहुत जी बहुत नीला कालीआं लोकी दिखा दे। इस दे पंजे ने जी कबूतरी दे बहुत वधिया जी। नर केड़ा लगाया इहदे नाल? ये देखो जी एक नर है जी जिहड़ा कालीआं अखां दा कबूतर है जी, जो ये लगा हुआ नीलियां अखा ने जी एदियां। ये देखो बहुत वधिया वीर जी, ये देखो जी पला भी कबूतर दा बहुत चौड़े पर ने जी इस नर दे, वधिया वीर जी। ये ने जी पंजे इस कबूतर दे। वीर साडा यही हुंदा भी कली कली चीज़ तुहानू दिखा दी है, सिखण वाले वीर जिहड़े आ सिख जांदे ने जो नवे खिडारी ने, ते की इन्हां दी खासियत है। ये बच्चे दिखाओ जी जिहड़े दोनों मखियाले कढ़े ने बच्चे। इत्थे छड़ दिओ दूजा भी छड़ दिओ जी। ये देखो जी इस जोड़े ने दो बच्चे कढ़े ने जी, एक नीला ते एक मखियाला ही कढ़िया जी। ये देखो एक माँ ते गया एक प्यो ते गया जी, बहुत वधिया जी। कोई नहीं छड़ दिओ वीर जी जान दिओ इन्हां। ये बाई हुणां ने एक चीना कबूतर फड़िया है जी। ये है जी इन्हां दा फुल रिजल्टड पुराना कबूतर चिट्टियां लाल अखां दा जी। ਹੁਣ ਬਾਈ ਜੀ ਇਹਦੇ ਬੱਚੇ ਕਿੰਨੇ ਨੇ ਜੀ? ਇਹਦੇ ਹੁਣ ਕੱਢੇ ਹੋਏ ਜੀ ਦੋ ਬੱਚੇ। ਇਹਦੇ ਦੋ ਬੱਚੇ ਕੱਢੇ ਹੋਏ ਨੇ ਜੀ, ਉਹਨਾਂ ਦਾ ਤੁਹਾਨੂੰ ਸ਼ੌਂਕ ਕਰਵਾਉਂਦੇ ਹਾਂ ਜੀ। ਠੀਕ ਹੈ ਜੀ, ਇਹ ਬਰੀਡਰ ਨਰ ਹੈ ਜੀ ਬਾਈ ਉਹਨਾਂ ਦਾ। ਇਹ ਆਪਣੇ ਮੇਨ ਕਬੂਤਰ ਦਾ ਜੀ, ਉਹ ਹੁਣ ਆਂਡੇ ਨਹੀਂ ਰੱਖਦਾ ਤੇ ਇਹ ਪੱਠਾ ਜੀ ਉਹਨਾਂ ਦਾ, ਇਹਨਾਂ ਦੇ ਡਾਣ ਬਹੁਤ ਜ਼ਿਆਦਾ ਜੀ। ਠੀਕ ਹੈ ਵੀਰ ਜੀ, ਇਹ ਲੋਹ ਦੇ ਵਿੱਚ ਜੀ ਘਰੇ ਬਾਜੀਆਂ ਮਕਾਉਂਦੇ ਬਹੁਤ ਵਧੀਆ ਜੀ। ਐਂ ਦੇਖੋ ਜੀ ਇਸ ਜੋੜੇ ਦੇ ਆਹ ਬੱਚੇ ਨੇ ਜੀ, ਤੇ ਦਿਨ ਘਰੇ ਹੀ ਮਾਰ ਜਾਂਦੇ ਨੇ ਜੀ ਬੱਚੇ। ਤੁਹਾਨੂੰ ਸਿੱਧੀ ਗੱਲ ਦੱਸਦੇ ਹਾਂ ਜੀ, ਇਹਨਾਂ ਦਾ ਇੱਕ ਵਾਰ ਬੱਚਾ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਆਪਾਂ ਲੈ ਕੇ ਗਏ ਸੀ, ਕਬੂਤਰੀ ਸੀ ਜੀ ਉਹ, ਤੇ ਆਪਣੇ ਮੋਟਰਸਾਈਕਲ ਵਾਲੇ ਮੈਚ ਉੱਡੀ ਸੀ ਤੇ ਬਹੁਤ ਜ਼ਿਆਦਾ ਉੱਡਦੀ ਸੀ ਜੀ। ਵਧੀਆ ਰਿਜ਼ਲਟ ਆ ਇਹਨਾਂ ਕਬੂਤਰਾਂ ਦਾ ਆਪਾਂ ਕਹਿ ਸਕਦੇ ਹਾਂ ਜੀ। ਇਹ ਮਦੀਨ ਆ ਜੀ ਜਿਹੜੀ ਇਸ ਕਬੂਤਰ ਦੇ ਨਾਲ ਜਿਹੜੀ ਲਗਾਈ ਹੋਈ ਹੈ ਜੀ, ਕਾਲੀਆਂ ਅੱਖਾਂ ਦੀ ਹੈ ਜੀ, ਇੱਕ ਅੱਖ ਕਾਲੀ ਇੱਕ ਅੱਖ ਚਿੱਟੀ ਜੀ। ਇਹ ਦੇਖੋ ਇਹ ਪੱਲਾ ਹੈ ਜੀ ਇਸ ਕਬੂਤਰੀ ਦਾ, ਬਹੁਤ ਵਧੀਆ ਜੀ। ਤੇ ਇਹ ਨੇ ਜੀ ਪੰਜੇ ਕਬੂਤਰੀ ਦੇ, ਕਰੋ ਸ਼ੌਂਕ ਮੇਰੇ ਵੀਰ, ਬਹੁਤ ਵਧੀਆ ਵੀਰ ਜੀ। ਤੇ ਆ ਵੀ ਆਪਣਾ ਪੁਰਾਣਾ ਕਬੂਤਰ, ਇਹਦੇ ਬੱਚਿਆਂ ਦਾ ਹੀ ਬਹੁਤ ਰਿਜ਼ਲਟ ਆ ਜੀ। ਇਹ ਦੇਖੋ ਜੀ ਕਬੂਤਰ, ਨਿੱਕੇ ਨਿੱਕੇ ਪਿੰਡਾਂ ਤੋਂ ਜਾਂਦੇ ਵੀ ਹੈ ਨੀ ਜੀ, ਤੇ ਡਾਣ ਨੂੰ ਵੀ ਲੋਕ ਨੂੰ ਬਹੁਤ ਭੜੇ। ਦੇਖੋ ਜੀ ਕਬੂਤਰ ਬਹੁਤ ਹੀ ਸੋਹਣਾ ਕਬੂਤਰ ਆ, ਵੱਡਾ ਕਬੂਤਰ ਵੀਰ ਹੋਣਾ ਦਾ, ਖੱਟੀਆਂ ਅੱਖਾਂ ਦਾ, ਸਿਰ ਦੇਖੋ ਜੀ ਜਿਵੇਂ ਬਣਤਰ ਕਿੰਨੀ ਸੋਹਣੀ ਆ, ਲਾਲ ਛੁੱਟ ਬਹੁਤ ਹੀ ਸੋਹਣੇ ਜੀ, ਬਹੁਤ ਵਧੀਆ ਜੀ। ਇਹ ਨੇ ਜੀ ਪਰ ਇਸ ਕਬੂਤਰ ਦੇ ਜੀ, ਬੜੇ ਚੌੜੇ ਪਰ ਨੇ ਜੀ ਇਸ ਕਬੂਤਰ ਦੇ। ਠੀਕ ਆ ਵੀਰ ਜੀ, ਤੇ ਪੰਜੇ ਰੁੱਖਿਆਂ ਦੇ ਨਾਲ ਨਾਲ ਪੂਰੇ ਨੀਲੇ ਜੀ, ਜਿਹਨੂੰ ਕਿ ਇੱਕ ਵਧੀਆ ਰਿਜ਼ਲਟਡ ਕਬੂਤਰ ਬਰੀਡਰ ਕਹਿ ਸਕਦੇ ਹਾਂ ਆਪਾਂ ਜੀ, ਬਹੁਤ ਹੀ ਵਧੀਆ।
ਠੀਕ ਹੈ ਜੀ ਇਹ ਮਾਦੀਆ ਜਿਹੜੀ ਇਹਦਾ ਲੱਗੀ ਇਹ ਇਹਦੇ ਨਾਲ ਮਦੀਨ ਹੈ ਜੀ ਇਹ ਵੀ ਲਾਲ ਸਰੀ ਹੈ ਚਿੱਟੀਆਂ ਅੱਖਾਂ ਦੀ ਹੈ ਜੀ ਅੱਖਾਂ ਦੇ ਵਿੱਚ ਥੋੜੀ ਲਾਲਗੀ ਹੈ ਜੀ ਲਾਲ ਸਰੀ ਕਬੂਤਰੀ ਹੈ ਬਹੁਤ ਵਧੀਆ ਜੀ ਇਹ ਨੇ ਜੀ ਪਾਰਸ ਕਬੂਤਰੀ ਦੇ ਜੀ ਇਹ ਬਰੀਡਰ ਪੇਅਰ ਨੇ ਜੀ ਇਹ ਦੇਖੋ ਜੀ ਪੰਜੇਬੀ ਕਬੂਤਰੀ ਦੇ ਬਹੁਤ ਵਧੀਆ ਵੀਰ ਜੀ ਠੀਕ ਹੈ ਜੀ ਇਹ ਜੀ ਕੁਝ ਕਬੂਤਰ ਵੀਰ ਹੋਣਾ ਨੇ ਥੱਲੇ ਵੀ ਇੱਕ ਜਾਲ ਬਣਾਇਆ ਹੋਇਆ ਜੀ ਇਹਦੇ ਵਿੱਚ ਵੀ ਹੈਗੇ ਨੇ ਜੀ ਇਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਵਾਉਂਦੇ ਹਾਂ ਜੀ ਇਹ ਦੇਖੋ ਜੀ ਪੌੜੀਆਂ ਦੇ ਨੀਚੇ ਆ ਇੱਕ ਹੋਰ ਖੁੱਡਾ ਬਾਈ ਹੋਣਾ ਦਾ ਇਹ ਦੇਖੋ ਇਹ ਉਹ ਕਬੂਤਰਾ ਜਿਹਦਾ ਮੁੰਡੀਆਂ ਉੱਡਿਆ ਸੀਗਾ ਬੜਾ ਨਾਲ ਜੀ ਇਹਦਾ ਬੱਚਾ ਉੱਡਿਆ ਸੀ ਹਾਂਜੀ ਹਾਂਜੀ ਦੂਸਰੇ ਇਹ ਦੇਖੋ ਜੀ ਇਸ ਕਬੂਤਰ ਦਾ ਜਿਹੜਾ ਬੱਚਾ ਹੈਗਾ ਮੁੰਡੀਆਂ ਪਿੰਡ ਤੋਂ ਬਾਜੀ ਜੇਤੂ ਆ ਜੀ ਠੀਕ ਆ ਵੀਰ ਜੀ ਪਰ ਦੇਖੋ ਜੀ ਕਬੂਤਰ ਦੇ ਬਣਤਰ ਦੇਖੋ ਪਰ ਤੇ ਪਰ ਚੜਾ ਹੈਗਾ ਕਿਰਪਾਨ ਪਰ ਨੇ ਜੀ ਬਹੁਤ ਵਧੀਆ ਜੀ ਨੀਲੇ ਪੈਰਾਂ ਦਾ ਇਹ ਵੀ ਕਬੂਤਰ ਹੈ ਜੀ ਅੱਛਾ ਜੀ ਮਦੀਨ ਸੀ ਇਹ ਇਹਦੇ ਨਾਲ ਮਦੀਨ ਆ ਜੀ ਕਾਲਸਰੀ ਮਦੀਨ ਆ ਜੀ ਖੱਟੀਆਂ ਅੱਖਾਂ ਦੀ ਇਹ ਉਸੇ ਬਲੱਡ ਚੋਂ ਜੀ ਜਿਹੜਾ ਉੱਪਰ ਚੀਨਾ ਕਬੂਤਰ ਦਿਖਾਇਆ ਸੀ ਉਹਦੇ ਗਾਹਾਂ ਭੈਣ ਦੀ ਗਾਹਾਂ ਪੱਠੀ ਆ ਜੀ ਠੀਕ ਆ ਠੀਕ ਹੈ ਜੀ ਪਰ ਦੇਖੋ ਜੀ ਇਹਦੇ ਵੀ ਬਹੁਤ ਸੋਹਣੇ ਨੇ ਜੋੜੇ ਬਾਈ ਨੇ ਬਹੁਤ ਵਧੀਆ ਮਿਲਾਏ ਹੋਏ ਨੇ ਜੀ ਇਹ ਨੇ ਜੀ ਪੰਜੇ ਇਸਦੇ ਠੀਕ ਹੈ ਵੀਰ ਜੀ ਆ ਜਿਹੜਾ ਕੱਲ੍ਹ ਕਬੂਤਰ ਜਿੱਤਿਆ ਜੀ ਉਹਦੀ ਮਾਂ ਜੀ ਇਹ ਜੋ ਬੱਚਾ ਕੱਲ੍ਹ ਬਾਈ ਹੋਣਾ ਦਾ ਦੁੱਸਰ ਜਿੱਤਿਆ ਉਸ ਕਬੂਤਰ ਦੀ ਮਾਂ ਆ ਜੀ ਤੁਹਾਨੂੰ ਉਸ ਕਬੂਤਰ ਦਾ ਵੀ ਸ਼ੌਂਕ ਕਰਾਉਂਦੇ ਹਾਂ ਜੀ ਕਾਲੀਆਂ ਅੱਖਾਂ ਦੀ ਹੈ ਜੀ ਬਹੁਤ ਵਧੀਆ ਜੀ ਇਹ ਦੇਖੋ ਜੀ ਪਰ ਕਬੂਤਰੀ ਦੇ ਜੀ ਠੀਕ ਆ ਵੀਰ ਜੀ ਅਤੇ ਇਹ ਨੇ ਜੀ ਪੰਜੇ ਪੈਰ ਅਤੇ ਕੁਝ ਡੱਕੇ ਵੀ ਨੇ ਜੀ ਇਸ ਕਬੂਤਰੀ ਦੇ ਠੀਕ ਹੈ ਵੀਰ ਜੀ ਨਾਰਾ ਜੀ ਜਿਹੜਾ ਨਾਲ ਇਹ ਦੇਖੋ ਜੀ ਇਹ ਨਰ ਵੀ ਜਿਹੜਾ ਹੈਗਾ ਕਾਲੀਆਂ ਅੱਖਾਂ ਦਾ ਆ ਬਹੁਤ ਵਧੀਆ ਜੀ ਇਹ ਦੇਖੋ ਜੀ ਇਸਦਾ ਪੱਲਾ ਠੀਕ ਹੈ ਵੀਰ ਜੀ ਇਹ ਦੇਖੋ ਇਸਦੇ ਨੀਲੇ ਪੰਜੇ ਜੀ ਕਬੂਤਰ ਦੇ ਨਲੀ ਪੈਰਾ ਕਬੂਤਰ ਹੈ ਜੀ ਬਹੁਤ ਵਧੀਆ ਵੀਰ ਜੀ ਆ ਵੀ ਉਹ ਬਰੀਡ ਦੇ ਪਿੱਛੇ ਜਿਹੜਾ ਉੱਪਰ ਚੀਨਿਆਂ ਦੇ ਵਿੱਚੋਂ ਜੀ ਇਹ ਪੱਠਾ ਨੀਚੇ ਰੋਕਿਆ ਹੋਇਆ ਜੀ ਇਹ ਵੀ ਬਾਈ ਹੋਣਾ ਨੇ ਜੀ ਇੱਕ ਚਿੱਟੀਆਂ ਅੱਖਾਂ ਦਾ ਪੱਠਾ ਜਿਹੜਾ ਰੋਕਿਆ ਹੋਇਆ ਅੱਖ ਦੇਖੋ ਜੀ ਇਸ ਕਬੂਤਰ ਦੀ ਰਿੰਗ ਬਣ ਰਹੇ ਨੇ ਇਸਦੀ ਅੱਖ ਦੇ ਵਿੱਚ ਇਹਦਾ ਪੱਠਾ ਜਿੱਚਣ ਕੋਈ ਉੱਡਦਾ ਜੀ ਇਹਦਾ ਪੱਠਾ ਉੱਡ ਰਿਹਾ ਜੀ ਅੱਜ ਜਿਹੜਾ ਬਾਜੀ ਦੇ ਵਿੱਚ ਉੱਡ ਰਿਹਾ ਆ ਅੱਜ ਸ਼ਾਮ ਨੂੰ ਜੇਕਰ ਛਤਰੀ 'ਤੇ ਬਹਿੰਦਾ ਆ ਅਤੇ ਫਿਰ ਕੱਲ੍ਹ ਜੀ ਦੁੱਸਰ ਦੇ ਵਿੱਚ ਉੱਡੂਗਾ ਤੁਹਾਨੂੰ ਦੱਸਾਂਗੇ ਜੀ ਕੀ ਬਣਦਾ ਚਣਕੋਈਆਂ ਬਾਜੀ ਦਾ ਕੋਸ਼ਿਸ਼ ਰਹੂਗੀ ਜੀ ਇਹ ਦੇਖੋ ਜੀ ਇਸ ਕਬੂਤਰੀ ਦੁਪਹਿਰ ਬਹੁਤ ਅੱਛੇ ਨੇ ਜੀ ਅਤੇ ਇਹ ਨੇ ਜੀ ਪੰਜੇ ਇਸਦੇ ਠੀਕ ਆ ਵੀਰ ਜੀ ਇਹ ਦੇਖੋ ਜੀ ਕੁਝ ਬੱਚੇ ਵੀ ਕੱਢੇ ਹੋਏ ਨੇ ਬਹੁਤ ਸੋਹਣੇ ਨੇ ਛੋਟੇ ਛੋਟੇ ਜੀ ਪਰ ਹਲੇ ਤੱਕ ਆ ਰਹੇ ਨੇ ਦੋ ਇਹ ਬੱਚੇ ਨੇ ਜੀ ਅਤੇ ਦੋ ਬੱਚੇ ਇਹ ਨੇ ਜੀ ਇੱਧਰ ਵੀ ਇਸ ਸਾਈਡ ਵੀ ਅਤੇ ਕੁਝ ਕਬੂਤਰੀਆਂ ਨੇ ਆਂਡੇ ਰੱਖੇ ਹੋਏ ਨੇ ਜੀ ਇੱਕ ਇਹ ਦੇਖੋ ਜੀ ਇਹ ਜੋ ਉੱਪਰ ਤੁਹਾਨੂੰ ਨੀਲੀ ਕਬੂਤਰੀ ਦਿਖਾਈ ਆ ਉਹਦਾ ਬਾਪ ਹੈ ਜੀ ਉਸ ਕਬੂਤਰੀ ਦਾ ਬਾਪ ਹੈ ਜੀ ਇਹ ਇੱਕ ਉੱਪਰ ਵੀ ਆਂਡੇ ਰੱਖੇ ਹੋਏ ਨੇ ਜੀ ਇਹਨੇ ਬੱਚੇ ਕੱਢੇ ਹੋਏ ਜੀ ਹੁਣ ਤੁਹਾਨੂੰ ਆਪਾਂ ਉਸ ਕਬੂਤਰ ਦਾ ਸ਼ੌਂਕ ਕਰਵਾਉਂਦੇ ਹਾਂ ਜੋ ਕੱਲ੍ਹ ਦੁੱਸਰ ਜਿੱਤਿਆ ਜੀ ਇਹ ਨੇ ਜੀ ਬਾਈ ਨੇ ਇੱਕ ਆਪਣੇ ਅੰਦਰ ਸਾਂਭੇ ਹੋਏ ਨੇ ਇਹ ਬਾਜੀ ਛੱਡਣ ਵਾਸਤੇ ਸਾਂਭੇ ਨੇ ਜੀ ਇਹ ਤਿੰਨੇ ਉੱਡਣਗੇ ਬਾਜੀ ਦੇ ਵਿੱਚ ਉਹ ਗਿੱਲਾਂ ਛੱਡਣਾ ਜੀ ਰੱਤਾ ਇਹ ਤਿੰਨ ਕਬੂਤਰ ਜੋ ਬਾਜੀ ਦੇ ਵਿੱਚ ਛੱਡੇ ਜਾਣਗੇ 8 ਤਰੀਕ ਨੂੰ ਰੱਤਾ ਕਬੂਤਰ ਜਿਹੜਾ ਗਿੱਲਾਂ ਛੱਡਿਆ ਜਾਊਗਾ ਜੀ ਅਤੇ ਆਹ ਦੂਸਰੇ ਦਿੱਤੇ ਜਿਹੜਾ ਸਾਫ ਇਹ ਦੇਖੋ ਜੀ ਕਾਲੀਆਂ ਅੱਖਾਂ ਦਾ ਹਰਾ ਪੋਟਾ ਅਤੇ ਲਾਲ ਪੱਲਾ ਕੀਤਾ ਹੋਇਆ ਜੀ ਇਹ ਕੱਲ੍ਹ ਜਿਹੜਾ ਹੈਗਾ ਕੰਤਾਂ ਕੀਤੀਆਂ ਹੋਈਆਂ ਜੀ ਲਾਲ ਕੰਤਾਂ ਆਏ ਨੇ ਜੀ ਅਤੇ ਇਹ ਕੱਲ੍ਹ ਜੀ ਦੁੱਸਰ ਜਿੱਤਿਆ ਹੈ ਜੀ ਫੜੋ ਵੀਰ ਜੀ ਇਹਨੂੰ ਦੇਖੀਏ ਜਰਾ ਇਹ ਹੈ ਜੀ ਉਹ ਕਬੂਤਰ ਜੋ ਕੱਲ੍ਹ ਦੁੱਸਰ ਜਿੱਤਿਆ ਜੀ ਕਾਲੀਆਂ ਅੱਖਾਂ ਜੀ ਬਹੁਤ ਵਧੀਆ ਜੀ ਕਿੰਨੇ ਵਜੇ ਬੈਠਾ ਜੀ ਟਾਂਗੀ 'ਤੇ
ਤੇ ਕੱਲ ਤਾਂ ਜੀ ਦੂਸਰ ਦੇ ਵਿੱਚ ਐਵੇਂ ਤੁਹਾਨੂੰ ਕਿਹਾ ਗਿਰੀ ਗਿਆ ਜੀ ਬਾਹਰ ਜ਼ੋਰ ਲਾ ਕੇ ਛੀਆਂ ਦੇ ਵਿੱਚ ਹੋ ਗਈ ਉਸ ਤੋਂ ਬਾਅਦ ਗਿਰ ਗਿਆ ਜੀ ਉਸ ਤੋਂ ਬਾਅਦ ਗਿਰ ਗਿਆ ਜੀ ਹਾਂਜੀ ਕਿਉਂਕਿ ਉੱਥੇ ਆਪਣੇ ਕੋਲ ਜਾਣ ਲੱਗਿਆ ਸੀ ਜਾਲ ਤੈਅ ਬਣ ਗਈ ਜੀ ਠੀਕ ਹੈ ਪਹਿਲੇ ਦਿਨ ਬਿਠਾਇਆ ਸੀਗਾ ਬਹੁਤ ਵਧੀਆ ਜੀ ਇਹ ਦੇਖੋ ਜੀ ਪੰਜੇ ਕਬੂਤਰ ਦੇ ਬਹੁਤ ਵਧੀਆ ਵੀਰ ਜੀ ਇਹ ਇੱਕ ਚੀਨਾ ਕਬੂਤਰ ਹੈ ਜੀ ਇਹ 11 ਤਰੀਕ ਨੂੰ ਛੁੱਟਣਾ ਜੀ ਇਹ 11 ਤਰੀਕ ਹਾਰਡਵਰ ਕਿਹੜਾ ਪਿੰਡ ਹੈ ਜੀ ਇਹ ਜੀ ਤੁਸੀਂ ਵੀਰ ਦੇ ਕਬੂਤਰਾਂ ਦਾ ਸ਼ੌਂਕ ਕੀਤਾ ਸ਼ੌਂਕ ਕਿੱਦਾਂ ਦਾ ਲੱਗਾ ਜੀ ਦੱਸਣਾ ਜ਼ਰੂਰ ਕੋਸ਼ਿਸ਼ ਰਹੂਗੀ ਨਵੇਂ ਕਬੂਤਰਾਂ ਦਾ ਜਿਹੜਾ ਤੁਹਾਨੂੰ ਸ਼ੌਂਕ ਕਰਾਉਂਦੇ ਰਹੀਏ ਇਹ ਇੱਕ ਕਬੂਤਰੀ ਹੈ ਜੀ ਲਾਲ ਚੀਨੀ ਇਹ ਵੀ ਬਾਈ ਦੇ ਘਰੋਂ ਇਹ ਵੀ ਕੀਪੇ ਮਲੋੜ ਜੀ ਦੇ ਘਰੋਂ ਆਈ ਹੈ ਜੀ ਬਾਈ ਦੇ ਬਹੁਤ ਬਾਈ ਡਾਲ ਹੈ ਜੀ ਇਹ ਵੀ ਛੱਡਣੀ ਹੈ ਜੀ ਹਾਂਜੀ ਹਾਂਜੀ ਇਹ ਕਬੂਤਰੀ ਕੱਲ੍ਹ ਗਿਰ ਗਈ ਸੀਗੀ ਖੂਨ ਛੱਡਣੀ ਸੀਗੀ ਜੀ ਇਹ ਗੱਡੀ ਦੇ ਵਿੱਚ ਲੈ ਕੇ ਜਦੋਂ ਰਾਸਤੇ ਵਿੱਚ ਉਸਲ ਗਈ ਜੀ ਅੱਛਾ ਅੱਛਾ ਤੇ ਉਸ ਤੋਂ ਬਾਅਦ ਚੱਲੀ ਨਹੀਂ ਠੀਕ ਆ ਠੀਕ ਹੈ ਜੀ ਮੋੜ ਕੇ ਲੈ ਜਿਹਨੂੰ ਦੁਬਾਰਾ ਘਰੇ ਵੀਰਾਂ ਨੂੰ ਬੇਨਤੀ ਹੈ ਜੀ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਨਵੀਂ ਵੀਡੀਓ ਛੇਤੀ ਤੋਂ ਛੇਤੀ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ